ਲੋਕ ਸੰਘਰਸ਼ ਨੇ ਜਿੱਤਿਆ ਮੋਰਚਾ। ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਹੋਈ ਮਾਫ਼। ਪਿਛਲੇ 18 ਸਾਲਾਂ ਤੋਂ ਚੱਲ ਰਹੇ ਮਨਜੀਤ ਸਿੰਘ ਧਨੇਰ ਦੀ ਸਜ਼ਾ ਮਾਫ਼ੀ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ। ਪੰਜਾਬ ਦੇ ਰਾਜਪਾਲ ਵਿਜੇ ਇੰਦਰਪਾਲ ਸਿੰਘ ਬਦਨੌਰ ਨੇ ਧਨੇਰ ਦੀ ਸਜ਼ਾ ਮਾਫ਼ ਕਰਨ ਦੀ ਲੰਬੇ ਸਮੇਂ ਤੋਂ ਉੱਠ ਰਹੀ ਲੋਕ ਮੰਗ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਅਧਿਕਾਰਤ ਸੂਚਨਾ ਪੱਤਰ ਕੱਲ੍ਹ ਤੱਕ ਜਾਰੀ ਕੀਤੇ ਜਾਣ ਦੇ ਆਸਾਰ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਰਾਜਪਾਲ ਦੇ ਇਸ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ। ਧਨੇਰ ਦੇ ਇਸ ਮਾਮਲੇ ਦੇ ਪਿੱਛੇ ਇਸ ਨਾਲ ਜੁੜੇ ਹੋਏ ਮਸਲਿਆਂ ਦੀ ਇੱਕ ਲੰਬੀ ਸੂਚੀ ਬਣਦੀ ਹੈ। ਕਿਸਾਨ ਆਗੂ ਮਨਜੀਤ ਸਿੰਘ ਧਨੇਰ 1997 ਵਿੱਚ ਮਹਿਲ ਕਲਾਂ ਵਿਖੇ ਹੋਏ ਕਿਰਨਜੀਤ ਕੌਰ ਅਗਵਾ ਅਤੇ ਬਲਾਤਕਾਰ ਕਾਂਡ ਦੇ ਸੰਬੰਧ ਵਿੱਚ ਨਿਆਂ ਮੰਗਦੀ ਹੋਈ ਐਕਸ਼ਨ ਕਮੇਟੀ ਦੇ ਮੋਹਰੀ ਮੈਂਬਰ ਸਨ। 17 ਸਾਲਾਂ ਕਿਰਨਜੀਤ ਕੌਰ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਹ ਐਕਸ਼ਨ ਕਮੇਟੀ ਕਾਨੂੰਨੀ ਲੜਾਈ ਲੜ ਕੇ 4 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋਈ ਸੀ। ਇਸੇ ਮਾਮਲੇ ਨਾਲ ਜੁੜੇ ਹੋਏ 2001 ਵਿੱਚ ਵਾਪਰੇ ਦਲੀਪ ਸਿੰਘ ਕਤਲ ਕੇਸ ਵਿੱਚ ਮਨਜੀਤ ਸਿੰਘ ਧਨੇਰ ਸਮੇਤ ਕਮੇਟੀ ਦੇ 2 ਹੋਰ ਮੈਂਬਰਾਂ ਮਾਸਟਰ ਪ੍ਰੇਮ ਕੁਮਾਰ ਅਤੇ ਨਾਰਾਇਣ ਦੱਤ ਨੂੰ ਪੁਲਿਸ ਨੇ ਦੋਸ਼ੀ ਨਾਮਜ਼ਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਬਰਨਾਲਾ ਸੈਸ਼ਨ ਕੋਰਟ ਵੱਲੋਂ 4 ਹੋਰਨਾਂ ਸਮੇਤ 3 ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਦਲੀਪ ਸਿੰਘ ਦੇ ਕਿਰਨਜੀਤ ਕਤਲਕਾਂਡ ਦੇ 2 ਮੁੱਖ ਦੋਸ਼ੀਆਂ ਦੇ ਨਾਲ ਪਰਿਵਾਰਿਕ ਸੰਬੰਧ ਸਨ। ਕੇਸ ਦੇ ਹਾਈ ਕੋਰਟ ਵਿੱਚ ਚਲੇ ਜਾਣ ਤੋਂ ਬਾਅਦ ਕੋਰਟ ਨੇ ਬਾਕੀ ਦੋਹਾਂ ਨੂੰ ਨਿਰਦੋਸ਼ ਕਰਾਰ ਕਰਦਿਆਂ ਸਜ਼ਾ ਮਾਫ਼ ਕਰ ਦਿੱਤੀ ਸੀ, ਪਰ ਮਨਜੀਤ ਸਿੰਘ ਧਨੇਰ ਦੀ ਸਜ਼ਾ ਉਸੇ ਤਰ੍ਹਾਂ ਹੀ ਰੱਖੀ ਗਈ ਸੀ। ਹੁਣ 3 ਸਤੰਬਰ ਨੂੰ ਸੁਪਰੀਮ ਕੋਰਟ ਵੱਲੋਂ ਧਨੇਰ ਦੀ ਸਜ਼ਾ ਬਹਾਲ ਰੱਖਦੇ ਹੋਏ ਉਸਨੂੰ ਆਤਮ ਸਮਰਪਣ ਕਰ ਦੇਣ ਦਾ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਕਿਸਾਨ ਵਿਦਿਆਰਥੀਆਂ ਅਤੇ ਹੋਰ ਖੱਬੇ ਪੱਖੀ ਯੂਨੀਅਨਾਂ ਵੱਲੋਂ ਬਰਨਾਲਾ ਜੇਲ੍ਹ ਦੇ ਸਾਹਮਣੇ ਅਣਮਿੱਥੇ ਸਮੇਂ ਲਈ ਲਗਾਏ ਗਏ ਮੋਰਚੇ ਕਾਰਨ ਇਹ ਸੰਘਰਸ਼ ਭਖਿਆ ਹੋਇਆ ਸੀ। ਰਾਜਪਾਲ ਦੁਆਰਾ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਅਪੀਲ 'ਤੇ ਲਗਾਈ ਗਈ ਇਸ ਮੋਹਰ ਨੇ ਧਨੇਰ ਦੇ ਸਮਰਥਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਅਤੇ ਮਨਜੀਤ ਸਿੰਘ ਧਨੇਰ ਦੇ ਕਿਸੇ ਸਮੇਂ ਵੀ ਜੇਲ੍ਹ ਤੋਂ ਰਿਹਾਅ ਹੋ ਜਾਣ ਦੀ ਖਬਰ ਹੈ। ਰਾਜਦੀਪ ਕੌਰ, ਪੰਜਾਬ ਨਿਊਜ਼ ਐਕਸਪ੍ਰੈਸ ਟੀਵੀ, ਚੰਡੀਗੜ੍ਹ।